ਦੋਸਤੋ ਮਾਰਚ ਦਾ ਮਹੀਨਾ ਚੱਲ ਰਿਹਾ ਸਾਰੀਆਂ ਕੰਪਨੀਆਂ ਦੀਆਂ ਇਸ ਮਹੀਨੇ ਕਲੋਜ਼ਿੰਗਾਂ ਹੁੰਦੀਆਂ ਪਰ ਇਹਦੇ ਨਾਲ ਨਾਲ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਦੂਜੀ ਚੀਜ਼ ਹੋਰ ਐਡ ਹੋ ਗਈ ਆ BS6 ਫੇਜ਼ 2 BS6 ਫੇਜ਼ 2 ਆਉਣ ਵਾਲਾ ਕਾਫੀ ਕੰਪਨੀਆਂ ਨੇ ਆਪਣੇ ਸਟਾਕ ਜਿਹੜੇ BS6 ਦੇ ਏ ਉਹ ਕਲੀਅਰ ਕਰਨੇ ਆ ਕਿਉਂਕਿ 1 April ਤੋਂ ਬਾਅਦ ਉਹ ਆਪਣੀਆਂ ਗੱਡੀਆਂ ਸੇਲ ਨਹੀਂ ਕਰ ਸਕਦੇ ਉਹਨਾਂ ਦੇ ਰਜਿਸਟ੍ਰੇਸ਼ਨ ਨਹੀਂ ਹੋਣੀ ਹੁਣ ਇਸੇ ਚੱਲਦਿਆਂ ਸਾਰੀਆਂ ਕੰਪਨੀਆਂ ਵੱਲੋਂ ਮੋٹے ਲੈਵਲ ਦੇ ਡਿਸਕਾਊਂਟ ਦਿੱਤੇ ਜਾ ਰਹੇ ਆ ਮੈਂ ਤੁਹਾਨੂੰ ਇੱਕ ਇੱਕ ਕਰਕੇ ਦੱਸ ਦਿੰਨਾ ਕਿਹੜੀ ਕੰਪਨੀ ਦੀ ਕਿਹੜੀ ਗੱਡੀ ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ BS6 ਗੱਡੀ ਤੇ ਦੋਸਤੋ ਸ਼ੁਰੂ ਕਰ ਲੈਂਦੇ ਆ ਟਾਟਾ ਤੇ ਟਾਟਾ ਸਫਾਰੀ ਤੇ ਦੇ ਰਹੀ ਹੈ 65000 ਰੁਪਏ ਦਾ ਡਿਸਕਾਊਂਟ ਤੇ ਹੈਰੀਅਰ ਤੇ ਦੇ ਰਹੀ ਹੈ 35000 ਰੁਪਏ ਦਾ ਡਿਸਕਾਊਂਟ ਟਿਗੋਰ ਤੇ ਦੇ ਰਹੀ ਹੈ 45000 ਦਾ ਟਿਆਗੋ ਤੇ ਦੇ ਰਹੀ 40000 ਦਾ ਤੇ ਅਲਟ੍ਰੋਸ ਤੇ ਦੇ ਰਹੀ ਹੈ 25000 ਰੁਪਏ ਦਾ ਡਿਸਕਾਊਂਟ ਜਿਹੜੀਆਂ ਗੱਡੀਆਂ BS6 ਫੇਜ਼ 2 ਨੋਰਮਸ ਦੀਆਂ ਹੋਣਗੀਆਂ ਉਹਨਾਂ ਤੇ ਹਜੇ ਤੱਕ ਡਿਸਕਾਊਂਟ ਦਾ ਕੋਈ ਅਪਡੇਟ ਨਹੀਂ ਹੈ ਫਿਲਹਾਲ BS6 ਦੇ ਅਪਡੇਟ ਚੱਲ ਰਿਹਾ ਹੈ ਮਾਰਚ ਮਹੀਨੇ ਦੇ ਆ ਉਸ ਤੋਂ ਬਾਅਦ ਰੈਨੋ ਦੀ ਗੱਲ ਕਰ ਲਈਏ ਤੇ ਕਵਿਡ ਤੇ 57000 ਕਾਈਗਰ ਤੇ 62000 ਰੁਪਏ ਤੱਕ ਔਰ ਟ੍ਰੇਵਰ ਤੇ ਵੀ 62000 ਰੁਪਏ ਤੱਕ ਡਿਸਕਾਊਂਟ ਜਿਹੜਾ ਉਹ ਮਿਲ ਰਿਹਾ ਉਸ ਤੋਂ ਇਲਾਵਾ ਵਾਕਸਵੈਗਨ ਵਰਟਸ ਤੇ 1.5 ਲੱਖ ਰੁਪਏ ਤੱਕ ਡਿਸਕਾਊਂਟ ਜਿਹੜਾ ਚੱਲ ਰਿਹਾ ਕਿਉਂਕਿ ਇਹਨਾਂ ਕੋਲ ਜਿਹੜੀਆਂ ਸਟਾਕ ਤੇ ਗੱਡੀਆਂ ਖੜੀਆਂ ਇਹਨਾਂ ਨੂੰ ਵੇਚਣੀਆਂ ਜ਼ਰੂਰੀ ਨੇ ਕਿਉਂਕਿ ਵਰਟਸ ਦੀ ਸੇਲ ਜਿਹੜੀ ਹੈ ਇੰਨੀ ਜ਼ਿਆਦਾ ਵਧੀਆ ਨਹੀਂ ਆ ਇਸ ਕਰਕੇ ਇਹ ਸਭ ਤੋਂ ਵੱਧ ਡਿਸਕਾਊਂਟ ਦੇ ਰਹੀ ਆ ਜਿਹਦੇ ਨਾਲ ਇਹਨਾਂ ਦਾ ਜਿਹੜਾ ਸਟਾਕ ਕਲੀਅਰ ਹੋ ਸਕੇ ਤੇ ਇਹ ਤੁਹਾਨੂੰ ਡਿਸਕਾਊਂਟਾਂ ਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਚੇਂजेस ਜਿਹੜੇ ਆ ਉਹ ਮਾਈਨਰ ਜੀ ਆ ਪਰ ਕੁਸ਼ਕ ਗੱਡੀਆਂ 'ਚ ਚੇਂजेस ਇਹੋ ਜਿਹੀ ਕੀਤੇ ਜਿਹਦੇ 'ਚ ਤੁਹਾਨੂੰ ਜੇ 2-2 ਲੱਖ ਰੁਪਏ ਦਾ ਵੀ ਫਾਇਦਾ ਉਹ ਵੀ ਤੁਸੀਂ ਨਾ ਲਓ ਉਹ ਤੁਹਾਨੂੰ ਮੈਂ ਲਾਸਟ ਦੇ ਦੱਸਦਾ ਕਿਹੜੀ ਗੱਡੀ ਤੇ 2-2 ਲੱਖ ਰੁਪਏ ਦਾ ਡਿਸਕਾਊਂਟ ਚੱਲ ਰਿਹਾ ਅਗਲੀ ਗੱਲ ਕਰ ਲੈਨੇ ਆ ਸਕੋਡਾ ਕੁਸ਼ੈਕ ਤੇ 1,25,000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਡਿਸਕਾਊਂਟ ਚੱਲ ਰਿਹਾ ਹੈ। ਗ੍ਰੈਂਡ ਵਿਟਾਰਾ ਟਾਪ ਵੇਰੀਐਂਟ ਜਿਹੜੇ ਹਾਈਬ੍ਰਿਡ ਦੇ ਵਿੱਚ ਨੇ, ਫੁੱਲੀ ਹਾਈਬ੍ਰਿਡ ਜਿਹੜਾ ਟੋਇਟਾ ਦੇ ਇੰਜਣ ਵਾਲੇ ਆ, ਉਹਦੇ 'ਚ ਵੀ ਦੋਸਤੋ 50-50,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ 2022 ਵੇਰੀਐਂਟ ਤੇ ਮਿਲ ਰਿਹਾ। 2023 ਤੇ ਨਹੀਂ 2022 ਵੇਰੀਐਂਟ ਤੇ ਜਿਹੜਾ 50,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ। ਜਿਦਾਂ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਕਿ ਵਰਨਾ ਜਿਹੜੀ ਆ ਕੁਝ ਦਿਨਾਂ ਦੇ ਅੰਦਰ ਅੰਦਰ ਲਾਂਚ ਹੋਣ ਹੁਣ ਜਿਹੜੀਆਂ ਪ੍ਰਾਣੀਆਂ ਵਰਨਾ ਸਟਾਕ ਦੇ ਵਿੱਚ ਖੜੀਆਂ ਉਹ 2022 ਵੀ ਹੈ ਉਹਦੇ ਚ ਤੇ 2023 ਵੀ ਹੈ ਦੋਨੇ ਮੇਕ ਹੈਗੀਆਂ ਨੇ ਦੋ ਕੁਝ ਗੱਡੀਆਂ 2022 ਚ ਬਣੀਆਂ ਕੁਝ 23 ਚ ਬਣੀਆਂ ਤੇ ਦੋਨਾਂ ਤੇ ਹੀ ਡਿਸਕਾਊਂਟ ਮਿਲ ਰਿਹਾ ਉਹਦੇ ਤੇ ਵੀ ਤਕਰੀਬਨ ਸਵਾ ਲੱਖ ਤੋਂ ਲੈ ਕੇ 1.5 ਲੱਖ ਰੁਪਏ ਤੱਕ ਵਰਨਾ ਤੇ ਡਿਸਕਾਊਂਟ ਮਿਲ ਰਿਹਾ ਹੁੰਡਾਈ ਅਲਕਾਜ਼ਾਰ 1.5 ਟਰਬੋ ਪੈਟਰੋਲ ਦੇ ਵਿੱਚ ਆ ਗਈ ਹੈ ਹੁਣ ਪ੍ਰਾਣੀ ਜਿਹੜੀ ਅਲਕਾਜ਼ਾਰ ਆ ਪੈਟਰੋਲ ਦੇ ਵਿੱਚ ਉਹਦੇ ਚ ਵੀ ਸਵਾ ਲੱਖ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੁਣ ਦੋਸਤੋ ਅੱਗੇ ਤੁਹਾਨੂੰ ਦੱਸਦਾ ਕਿ ਹੈਰੀਅਰ ਔਰ ਸਫਾਰੀ ਦੋਨਾਂ ਗੱਡੀਆਂ ਦੇ ਨਵੇਂ ਫੇਸ ਲਿਫਟ ਆ ਗਿਆ ਹੁਣ ਇਹਨਾਂ ਚ ਜਿਹੜੇ ਬਦਲਾਵ ਇਹਨੇ ਵਧੀਆ ਕੀਤੇ ਗਏ ਆ ਕੀ ਪੁਰਾਣੇ ਸਟਾਕ ਤੇ ਤੁਹਾਨੂੰ ਹੋ ਸਕਦਾ 1.5 ਤੋਂ 2-2 ਲੱਖ ਰੁਪਏ ਤੱਕ ਦੇ ਵੀ ਟਾਟਾ ਵੱਲੋਂ ਡਿਸਕਾਊਂਟ ਦਿੱਤੇ ਜਾਣ ਕੁਝ ਡੀਲਰਾਂ ਵੱਲੋਂ ਦਿੱਤੇ ਵੀ ਜਾ ਰਹੇ ਨੇ ਪਰ ਦੋਸਤੋ ਤੁਸੀਂ ਬਿਲਕੁਲ ਨਾ ਲਿਓ 2-2 ਲੱਖ ਰੁਪਏ ਦਾ ਵੀ ਡਿਸਕਾਊਂਟ ਤੁਹਾਨੂੰ ਜਿਹੜਾ ਉਥੇ ਬਿਲਕੁਲ ਫਾਇਦੇਮੰਦ ਨਹੀਂ ਆ ਕਿਉਂਕਿ ਜੇ ਤੁਸੀਂ 20-22 ਲੱਖ ਰੁਪਏ ਖਰਚ ਰਹੇ ਹੋ ਹੈਰੀਅਰ ਤੇ ਜਾਂ ਸਫਾਰੀ ਤੇ ਤੇ 2 ਲੱਖ ਵੱਧ ਖਰਚ ਲੋਗੇ ਤੇ ਕੋਈ ਫਰਕ ਨਹੀਂ ਪੈਣਾ ਪਰ ਉਹਦੇ ਚ ਫੀਚਰਸ ਜਿਹੜੇ ਆ ਬਹੁਤ ਨਵੇਂ ਔਰ ਬਹੁਤ ਵਧੀਆ ਫੀਚਰਸ ਐਡ ਹੋ ਗਏ ਆ ਜਿਹੜੇ ਤੁਹਾਨੂੰ ਅੱਗੇ ਜਾ ਕੇ ਬਹੁਤ ਵਧੀਆ ਡਰਾਈਵਿੰਗ ਦੇ ਵਿੱਚ ਕੰਫਰਟ ਦੇਣ ਵਾਲੇ ਨੇ ਜੀਪ ਕੰਪਾਸ ਔਰ ਮੈਰੀਡੀਅਨ ਤੇ 2.5 ਲੱਖ ਤੋਂ ਲੈ ਕੇ 3 ਲੱਖ ਰੁਪਏ ਤੱਕ ਡਿਸਕਾਊਂਟ ਚੱਲ ਰਿਹਾ ਹੋਂਡਾ ਸਿਟੀ ਦਾ 올ਡ ਸਟਾਕ ਜਿਹੜਾ ਉਹਦੇ ਤੇ 1,36,000 ਰੁਪਏ ਦਾ ਡਿਸਕਾਊਂਟ ਚੱਲ ਰਿਹਾ 22 ਔਰ 23 ਵੀਰੈਂਟ ਦੇ ਇਹਦੇ ਚ 22 ਦੀਆਂ ਗੱਡੀਆਂ ਘੱਟ ਨੇ 23 ਦੀਆਂ ਜ਼ਿਆਦਾ ਨੇ ਇਗਨਿਸ ਜਿਹੜੀ ਆ ਉਹ ਵੀ 2022 2023 ਵਾਲੀ ਤੇ ਡਿਸਕਾਊਂਟ ਵਧੀਆ ਚੱਲ ਰਿਹਾ ਪਰਨੋਲਟ ਦੀਆਂ ਆਲਮੋਸਟ ਸਾਰੀਆਂ ਗੱਡੀਆਂ ਤੇ ਡਿਸਕਾਊਂਟ ਚੱਲ ਰਿਹਾ BS6 ਵਾਲੀਆਂ ਤੇ ਸੈਲਟਸ ਤੇ ਤਕਰੀਬਨ 1 ਲੱਖ ਰੁਪਏ ਤੱਕ ਦਾ ਡਿਸਕਾਊਂਟ ਚੱਲ ਰਿਹਾ ਸੋ ਦੋਸਤੋ ਜੇ ਤੁਸੀਂ ਇੰਟਰਸਟਿਡਡ ਹੈਗੇ ਹੋ ਤੁਹਾਡੇ ਕਿਸੇ ਡੀਲਰ ਕੋਲ ਸਟਾਕ ਚ ਗੱਡੀਆਂ ਪਈਆਂ ਨੇ ਤੇ ਤੁਸੀਂ ਉਹਦਾ ਫਾਇਦਾ ਜ਼ਰੂਰ ਲਓ ਇਹਦੇ ਚ ਟਿਲ ਨਾ ਵਰਤੋ ਕਿਉਂਕਿ ਰਜਿਸਟ੍ਰੇਸ਼ਨਾਂ ਹੋ ਜਾਣ 1 April ਤੋਂ ਪਹਿਲਾਂ ਪਹਿਲਾਂ ਤੁਹਾਡੀਆਂ ਆਰਸੀਆਂ ਬਣ ਜਾਣ ਤੋਂ ਸਭ ਤੋਂ ਵਧੀਆ ਕਿਉਂਕਿ ਤੁਸੀਂ ਲਾਸਟ ਦੇ ਜਾ ਕੇ ਗੱਡੀਆਂ ਡਿਸਕਾਊਂਟ ਵਾਲੀਆਂ ਨਾ ਖਰੀਦਿਓ ਜਦੋਂ ਤੁਸੀਂ ਗੱਡੀ ਖਰੀਦੋਗੇ ਨਾਲ ਦੀ ਨਾਲ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੋ ਜਾਣੀ ਬੜੀ ਜ਼ਰੂਰੀ ਆ ਜੇ ਇਹ ਇਹ ਗੱਡੀਆਂ ਦੀ ਹੁਣ ਆਰਸੀਆਂ ਅੜ ਗਈਆਂ ਤੇ ਫਿਰ ਅੜਗੀਆਂ ਫਿਰ ਅੱਗੇ ਜਾ ਕੇ ਨਹੀਂ ਬਣੀਆਂ ਜਿੱਦਾਂ ਪਹਿਲਾਂ BS4 ਦੀਆਂ ਗੱਡੀਆਂ ਜਿਹੜੀਆਂ ਸੀ ਉਹਨਾਂ ਦੀਆਂ ਰਜਿਸਟ੍ਰੇਸ਼ਨਾਂ ਰੁਕ ਗਈਆਂ ਸੀ ਇਦਾਂ ਹੀ ਹੁਣ BS6 ਦੀਆਂ ਰਜਿਸਟ੍ਰੇਸ਼ਨਾਂ ਵੀ ਰੁਕ ਜਣੀਆਂ 1 April ਤੋਂ ਅੱਗੇ ਜਾ ਕੇ RC ਇਹਨਾਂ ਦੀਆਂ ਨਹੀਂ ਬਣੀਆਂ ਇਸ ਕਰਕੇ ਤੁਸੀਂ ਡੀਲ ਦਾ ਫਾਇਦਾ ਜ਼ਰੂਰ ਲਓ ਪਰ ਫਟਾਫਟ ਜਿਹੜੀਆਂ ਗੱਡੀ ਦੇ ਪੇਪਰ RC ਇਹ ਜਿਹੜੀਆਂ ਉਹ ਕੰਪਲੀਟ ਕਰਵਾ ਲਿਓ ਸੋ ਦੋਸਤੋ ਅੱਜ ਦੀ ਇਸ ਵੀਡੀਓ ਚ ਇੰਨਾ ਹੀ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ